ਤੋ ਡੋਨਲਡ 트ੰਪ ਦੇ ਇਸ ਭਾਰਤ ਦੌਰੇ ਨੂੰ ਬੜਾ ਅਹਿਮ ਮੰਨਿਆ ਜਾ ਰਿਹਾ ਅਤੇ ਇੰਡੀਆ ਵਿੱਚ ਇਸ ਦੀਆਂ ਤਿਆਰੀਆਂ ਬੜੇ ਜੋਰਾਂ ਸੋਰਾਂ ਨਾਲ ਚੱਲ ਰਹੀਆਂ ਨੇ ਇਸ ਦੌਰੇ ਦੌਰਾਨ ਡੋਨਲਡ 트ੰਪ ਨੂੰ ਗੁਜਰਾਤ ਚ ਲਿਜਾਇਆ ਜਾਏਗਾ ਜਿਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੁਜਰਾਤ ਨੂੰ ਸਜਾਇਆ ਸਵਾਰਿਆ ਜਾ ਰਿਹਾ ਦੋਸਤੋ ਜੇ ਗੱਲ ਕਰੀਏ ਆਪਾਂ ਪਾਕਿਸਤਾਨ ਦੀ ਕਿ ਪਾਕਿਸਤਾਨ ਦੇ ਹਾਲਾਤ ਜਿਹੜੇ ਅੰਦਰਲੇ ਹਾਲਾਤ ਨੇ ਇਸ ਵੇਲੇ ਬਹੁਤ ਜ਼ਿਆਦਾ ਖਰਾਬ ਨੇ ਉੱਥੇ ਲੋਕ ਭੁੱਖਮਰੀ ਦਾ ਸ਼ਿਕਾਰ ਨੇ ਪੈਟਰੋਲ ਡੀਜ਼ਲ ਮਹਿੰਗਾ ਹੋਇਆ ਪਿਆ ਖਾਣ ਵਾਲੀਆਂ ਸਾਰੀਆਂ ਚੀਜ਼ਾਂ ਮਹਿੰਗੀਆਂ ਹੋਈਆਂ ਪਿਆ ਨੇ ਜਿਸ ਤਰ੍ਹਾਂ ਕਿ ਰਾਸ਼ਨ ਹੈ ਜਾਂ ਸਬਜ਼ੀਆਂ ਨੇ ਇਸ ਤੋਂ ਇਲਾਵਾ ਰੋਜ਼ਮਰਰਾ ਦੀ ਜਿਹੜੀਆਂ ਵਰਤਣ ਵਾਲੀਆਂ ਚੀਜ਼ਾਂ ਨੇ ਜਾਂ ਪੈਸਿਆਂ ਵੱਲੋਂ ਉਹਨਾਂ ਦੇ ਹਾਲਾਤ ਬਹੁਤ ਖਰਾਬ ਨੇ ਦੋਸਤੋ ਪਾਕਿਸਤਾਨ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਜਿਸ ਤਰ੍ਹਾਂ ਕਿ ਵੱਡੀਆਂ ਕੰਟਰੀਜ਼ ਨੇ ਜਿਵੇਂ ਚੀਨ ਹੈ ਜਾਂ ਅਮਰੀਕਾ ਹੈ ਇਹਦੇ ਸਹਾਰੇ ਨਾਲ ਉਤੋਂ ਬਹੁਤ ਵੱਡੇ ਵੱਡੇ ਇਹਨਾਂ ਨੂੰ ਕਰਜ਼ੇ ਮਿਲਦੇ ਨੇ ਲੇਕਿਨ ਪਿਛਲੇ ਕੁਝ ਸਮੇਂ ਤੋਂ ਇਹ ਜਿਹੜੇ ਵੱਡੇ ਦੇਸ਼ ਨੇ ਇਹ ਪਾਕਿਸਤਾਨ ਤੋਂ ਨਾਰਾਜ਼ ਚੱਲ ਰਹੇ ਨੇ ਬੜੀਆਂ ਤਰ੍ਹਾਂ ਦੀਆਂ ਇਹਨਾਂ ਤੇ ਪਾਬੰਦੀਆਂ ਲੱਗੀਆਂ ਹੋਈਆਂ ਇਵਨ ਪਿਛਲੇ ਕੁਝ ਟਾਈਮ ਤੋਂ ਭਾਰਤ ਵੱਲੋਂ ਵੀ ਬੜੀਆਂ ਸਾਰੀਆਂ ਪਾਬੰਦੀਆਂ ਜਿਹੜੀਆਂ ਹੈ ਉਹ ਬਿਜ਼ਨਸ ਨੂੰ ਲੈ ਕੇ ਜੋ ਕੋਈ ਆਯਾਤ ਹੁੰਦਾ ਸੀ ਸਮਾਨ ਜਾਂ ਉੱਥੋਂ ਆਂਦਾ ਸੀ ਜਾਂ ਇੰਡੀਆ ਤੋਂ ਆਂਦਾ ਸੀ ਲਗਭਗ ਬਹੁਤ ਸਾਰੀਆਂ ਜਿਹੜੀਆਂ ਪਾਬੰਦੀਆਂ ਭਾਰਤ ਵੱਲੋਂ ਉਹਨਾਂ ਤੇ ਲਾਈਆਂ ਗਈਆਂ ਨੇ ਇਸ ਕਰਕੇ ਵੀ ਉਹਦੇ ਹਾਲਾਤ ਬੜੇ ਖਰਾਬ ਨੇ ਮਹਿੰਗਾਈ ਹੋਣ ਦਾ ਕਾਰਨ ਵੀ ਸਭ ਤੋਂ ਵੱਡਾ ਇਹੀ ਹੈ ਇਹ ਬਹੁਤ ਵੱਡਾ ਕਾਰਨ ਹੈ ਪਾਕਿਸਤਾਨ ਦੀ ਬੋਖਲਾਹੜ ਦਾ ਹੁਣ ਦੇਖਣਾ ਇਹ ਹੈ ਕਿ ਡੋਨਲਡ ਟਰੰਪ ਦੇ ਦੌਰੇ ਵੇਲੇ ਜਾਂ ਉਹਨਾਂ ਦੇ ਜਾਣ ਤੋਂ ਬਾਅਦ ਜੋ ਕੁਝ ਵਾਪਰ ਦਾ ਇੰਡੀਆ 'ਚ ਜੋ ਕੁਝ ਅੱਛੀਆਂ ਗੱਲਾਂ ਜਾਂ ਤਰੱਕੀਆਂ ਕੁਝ ਜੋ ਵੀ ਗੱਲਾਂ ਹੁੰਦੀਆਂ ਉਸ ਤੋਂ ਬਾਅਦ ਪਾਕਿਸਤਾਨ ਕੀ ਕਰੇਗਾ ਦੇਖਣਾ ਹੀ ਬਾਕੀ ਹੈ ਅਸਲ ਵਿੱਚ ਗੱਲ ਇਹ ਹੈ ਕਿ ਇਮਰਾਨ ਖਾਨ ਪਿਛਲੇ ਕੁਝ ਟਾਈਮ ਪਹਿਲਾਂ ਡੋਨਲਡ ਟਰੰਪ ਨੂੰ ਮਿਲੇ ਸੀ ਤੇ ਉਹਨਾਂ ਨੇ ਡੋਨਲਡ ਟਰੰਪ ਨੂੰ ਪਾਕਿਸਤਾਨ ਆਨ ਦਾ ਸੱਦਾ ਦਿੱਤਾ ਸੀ ਹੁਣ ਬੋਕਲਾੜ ਪਾਕਿਸਤਾਨ ਨੂੰ ਇਸ ਗੱਲ ਦੀ ਹੈ ਕਿ ਡੋਨਲਡ ਟਰੰਪ ਭਾਰਤ ਆ ਰਹੇ ਨੇ ਮੈਂ ਆਪਣੇ ਇਹ మోਡਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੈ ਸੀ ਮੈਂ ਦੱਸ ਵੀ ਨਹੀਂ ਸਕਦਾ ਪਰ ਜਦ ਤੋਂ ਮੈਨੂੰ ਸੀ ਰਿਲੀਫ ਮਿਲਿਆ ਹੈ 2-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ మోਡੇ ਵੀ ਓਕੇ ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇਚ ਬੇਚ ਜਿਖੋ ਕੇ ਇਸ ਨੂੰ ਇਸਤੇਮਾਲ ਕਰੋ ਸਿਰਫ 2-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ ਫੀ ਰੀਲੀਫ ਹਮੇਸ਼ਾ ਯਾਦ ਰੱਖੋ ਬਸ ਕੁਝ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰੀਲੀਫ ਵਾਲੇ ਦੱਸਿਆ ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ ਤੇ ਅਪਲਾਈ ਕੀਤਾ ਇਹ ਬਿਲਕੁਲ ਆਯੁਰਵੈਦਿਕ ਤੇਲ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਤੇ ਮੇਰੇ ਵਾਲ ਜਿਹੜੇ ਗੰਜਪਨ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਣ ਲੱਗ ਗਏ ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸਨੇ ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ ਕਿਤਨਾ ਕੀ ਤੁਸੀਂ ਆਪਣੇ ਵਾਲਾਂ ਕਰਕੇ ਸ਼ਰਮ ਫੀਲ ਕਰਦੇ ਹੋ ਕਿ ਤੁਸੀਂ ਸੋਸਾਇਟੀ 'ਚ ਬੈਠੇ ਹੋ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ ਪਰ ਥੈਂਕਸ ਟੂ ਫ੍ਰੀ ਲੀਫ ਜਿਨੇ ਮੇਰਾ ਕੌਨਫੀਡੈਂਸ ਬਿਲਡ ਕੀਤਾ ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚੋਂ ਬੜਾ ਹੀ ਕੌਨਫੀਡੈਂਟ ਹਾਂ ਔਰ ਇਹਨਾ ਮੈਨੂੰ ਬੜਾ ਫਾਇਦਾ ਹੋਇਆ ਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ ਇਹ ਯੂਜ਼ ਕਰੋ ਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ